हां जी वेलकम ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਇੰਪੋਰਟੈਂਟ ਕੁਐਸਚਨਸ ਨਾਲ ਰਿਲੇਟਡ ਲੈ ਕੇ ਆ ਗਏ ਆ ਇੱਕ ਹੋਰ ਵੀਡੀਓ ਸੋ ਕੱਲਾ ਕੱਲਾ ਕੁਐਸਚਨ ਇੰਪੋਰਟੈਂਟ ਹੈ ਜੀ ਮਲਟੀਪਲ ਹੈਲਥ ਵਰਕਰ اے ਐਨ ਐਮ ਅੰਗਨਵਾੜੀ ਸੁਪਰਵਾਈਜ਼ਰ ਵਾਰਡ اٹੈਂਡੈਂਟ ਸਟਾਫ ਨਰਸ ਪੈਰਾਮੈਡੀਕਲ ਇਹਨਾਂ ਸਾਰੇ ਹੀ ਐਗਜ਼ਾਮਸ ਦੇ ਲਈ ਪਿਛਲੇ ਸਾਲਾਂ ਦੇ ਵਿੱਚ ਜੋ ਕੁਐਸਚਨ ਪੁੱਛੇ ਗਏ ਆ ਉਹਨਾਂ ਦੇ ਵਿੱਚੋਂ ਆਪਾਂ ਐਡ ਕੀਤੇ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਉਸ ਤੋਂ ਪਹਿਲਾਂ ਰਿਕੁਐਸਟ ਹੈ ਜਿਹੜੇ ਸਟੂਡੈਂਟ ਅਤੇ ਭੈਣ ਭਰਾ ਪਹਿਲੀ ਵਾਰ ਆਪਣੇ ਚੈਨਲ ਤੇ ਵਿਜ਼ਿਟ ਕਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਹਰ ਇੱਕ ਇੰਪੋਰਟੈਂਟ ਕੁਐਸਚਨਸ ਵਾਲੀ ਵੀਡੀਓ ਅਤੇ ਜੌਬ ਨੋਟੀਫਿਕੇਸ਼ਨਸ ਵਾਲੀ ਵੀਡੀਓ ਦੇ ਦੀਆਂ ਅਪਡੇਟਸ ਤੁਹਾਨੂੰ ਨਾਲ ਦੀ ਨਾਲ ਮਿਲਦੀਆਂ ਰਹਿਣ ਠੀਕ ਹੈ ਜੀ ਸੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਤੁਹਾਡੇ ਲਈ ਅੱਜ ਦੀ ਵੀਡੀਓ ਅਤੇ ਦੇਖਦੇ ਹਾਂ ਅੱਜ ਦਾ ਫਰਸਟ ਕੁਐਸਚਨ ਨੰਬਰ 1 ਤੇ ਕੁਐਸਚਨ ਹੈ ਜੀ ਭਾਰਤ ਵਿੱਚ ਨਵੇਂ ਜੰਮੇ ਬੱਚੇ ਦਾ ਔਸਤ ਭਾਰ ਕਿੰਨਾ ਹੁੰਦਾ ਹੈ ਆਪਸ਼ਨ ਤੁਹਾਡੇ ਕੋਲ ਨੇ ਨੰਬਰ 1 2.5 kg ਨੰਬਰ 2 2.8 kg ਨੰਬਰ 3 3.0 kg ਤੇ ਨੰਬਰ 4 3.2 kg ਸੋ ਭਾਰਤ ਵਿੱਚ ਨਵੇਂ ਜੰਮੇ ਬੱਚੇ ਦਾ ਔਸਤਨ ਭਾਰ ਹੁੰਦਾ ਹੈ ਜੀ অপਸ਼ਨ ਨੰਬਰ 2 ਤੁਹਾਡਾ ਸਹੀ ਜਵਾਬ ਹੋਊਗਾ ਕਿ ਜਿਹੜਾ 2.8 kg ਯਾਨੀ ਕਿ 2 ਕਿਲੋ 80 ਗ੍ਰਾਮ ਦੇ ਕਰੀਬ ਜਿਹੜਾ weight ਆ ਭਾਰਤ ਦੇ ਵਿੱਚ ਇੱਕ ਨਵੇਂ ਨਿਊ ਬੋਨ ਬੇਬੀ ਦਾ ਹੁੰਦਾ ਹੈ ਹਾਂਜੀ 2 ਨੰਬਰ ਕੁਐਸਚਨ ਆਪਾਂ ਦੇਖ ਲੈਨੇ ਆ ਨਵੇਂ ਜੰਮੇ ਬੱਚੇ ਦਾ ਭਾਰ ਜਨਮ ਦੇ ਭਾਰ ਤੋਂ ਦੁੱਗਣਾ ਹੋ ਜਾਂਦਾ ਹੈ ਕਦੋਂ ਨਵੇਂ ਜੰਮੇ ਬੱਚੇ ਦਾ ਭਾਰ ਆ ਜਿਹੜਾ ਉਹ ਜਨਮ ਦੇ ਬਰਥ ਦੇ ਭਾਰ ਤੋਂ ਦੁੱਗਣਾ ਹੋ ਜਾਂਦਾ ਦੋ ਗੁਣਾ ਹੋ ਜਾਂਦਾ ਵਾ ਆਪਸ਼ਨ ਤੁਹਾਡੇ ਕੋਲ ਆ ਨੰਬਰ 1 ਆਫਟਰ 3 ਮੰਥਸ ਨੰਬਰ 2 ਆਫਟਰ 6 ਮੰਥਸ ਨੰਬਰ 3 ਆਫਟਰ 5 ਮੰਥਸ ਨੰਬਰ 4 ਆਫਟਰ 9 ਮੰਥਸ ਸੋ ਜਿਹੜਾ ਇੱਕ ਨਿਊ ਬੋਨ ਬੇਬੀ ਹੁੰਦਾ ਵਾ ਉਹਦਾ ਭਾਰ ਆ ਜਿਹੜਾ ਉਹ ਡਬਲ ਹੋ ਜਾਂਦਾ ਵਾ ਤਾਂ ਇਸ ਦਾ ਸਹੀ ਜਵਾਬ ਆ ਜੀ অপਸ਼ਨ ਨੰਬਰ 3 ਆਫਟਰ 5 ਮੰਥ ਯਾਨੀ ਕਿ 5 ਮਹੀਨਿਆਂ ਬਾਅਦ ਬੱਚੇ ਦਾ ਭਾਰ ਆ ਜਿਹੜਾ ਉਹ ਦੁੱਗਣਾ ਹੋ ਜਾਂਦਾ ਹੈ ਦੇਖਦੇ ਆ ਨੈਕਸਟ 3 ਨੰਬਰ ਕੁਐਸਚਨ ਹਾਂਜੀ ਆਈ ਸੀ ਐਚ ਦੀ ਸੰਭਾਵਨਾ ਰੋਕਣ ਲਈ ਕੀ ਦਿੰਦੇ ਹਨ অপਸ਼ਨ ਤੁਹਾਡੇ ਕੋਲ ਆ ਨੰਬਰ 1 ਵਿਟਾਮਿਨ E ਡ੍ਰੌਪ ਨੰਬਰ 2 ਵਿਟਾਮਿਨ K ਇੰਜੈਕਸ਼ਨ ਨੰਬਰ 3 ਬਲੱਡ ਬਲੱਡ ਟ੍ਰਾਂਸਫਿਊਸ਼ਨ ਨੰਬਰ 4 R L ਫਲੂਇਡ ਸੋ ਜਿਹੜਾ IC H ਦੀ ਸੰਭਾਵਨਾ ਹੁੰਦੀ ਹੈ ਉਹਨੂੰ ਰੋਕਣ ਲਈ ਕੀ ਦਿੱਤਾ ਜਾਂਦਾ ਆਪਸ਼ਨ ਨੰਬਰ 2 ਵਿਟਾਮਿਨ K ਇੰਜੈਕਸ਼ਨ ਠੀਕ ਹੈ ਜੀ ਵਿਟਾਮਿਨ K ਦਾ ਇੰਜੈਕਸ਼ਨ ਦਿੱਤਾ ਜਾਂਦਾ ਯਾਨੀ ਕਿ ਜਿਹੜਾ ਬਲੀਡਿੰਗ ਨੂੰ ਰੋਕਣ ਲਈ ਇਹ ਦਿੱਤਾ ਜਾਂਦਾ ਖੂਨ ਦਾ ਥੱੱਕਾ ਜਮਾਉਣ ਦੇ ਵਿੱਚ ਇਹ ਸਹਾਇਤਾ ਕਰਦਾ ਵਾ ਵਿਟਾਮਿਨ K ਠੀਕ ਹੈ ਜੀ ਨੈਕਸਟ 4 ਨੰਬਰ ਕੁਐਸਚਨ ਦੇਖਦੇ ਆਪਾਂ ਹਾਂਜੀ ਨਵੇਂ ਜੰਮੇ ਬੱਚੇ ਵਿੱਚ ਨਿਊਰੋਲੋਜੀਕਲ ਐਗਜ਼ਾਮੀਨੇਸ਼ਨ ਦੇ ਲਈ ਸਭ ਤੋਂ ਪਹਿਲਾਂ ਕੀ ਕਰਾਂਗੇ ਕੀ ਕਰੋਗੇ ਜੀ ਤੁਸੀਂ ਇਹਦੇ ਵਿੱਚੋਂ ਨਿਊਰੀਕਲ ਨਿਊਰੋਲੋਜੀਕਲ ਐਗਜ਼ਾਮੀਨੇਸ਼ਨ ਦੇ ਲਈ ਇੱਕ ਜਿਹੜਾ ਨਿਊ ਬੌਰਨ ਬੇਬੀ ਹੁੰਦਾ ਤਾਂ ਨੰਬਰ 1 ਤੇ ਸੀਟੀ ਸਕੈਨ ਕਰਾਂਗੇ ਨੰਬਰ 2 ਤੇ ਨਿਓਨੇਟਲ ਰਿਫਲੈਕਸ ਦੇਖਾਂਗੇ ਨੰਬਰ 3 ਤੇ ਐਕਸ-ਰੇ ਕਰਾਂਗੇ ਨੰਬਰ 4 ਤੇ ਬਲੱਡ ਦੀ ਜਾਂਚ ਕਰਵਾਵਾਂਗੇ ਸੋ ਇਸ ਦਾ ਸਹੀ ਜਵਾਬ ਜਿਹੜਾ ਹੋਊਗਾ ਉਹ ਹੋਊਗਾ ਜੀ অপਸ਼ਨ ਨੰਬਰ 2 ਨਿਊਨੈਂਟਲ ਰਿਫਲੈਕਸ ਦੇਖਾਂਗੇ ਠੀਕ ਹੈ ਜੀ ਨੈਕਸਟ 5 ਨੰਬਰ ਕੁਐਸਚਨ ਹੈ ਆਪਣਾ ਹਾਂਜੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਜਨਮ ਵੇਲੇ ਹੈੱਡ ਸਰਕਮਫਰੈਂਸ ਹੁੰਦਾ ਹੈ ਤਾਂ অপਸ਼ਨ ਨੇ ਤੁਹਾਡੇ ਕੋਲੇ ਨੰਬਰ 1 35 ਸੈਂਟੀਮੀਟਰ ਨੰਬਰ 2 45 ਸੈਂਟੀਮੀਟਰ ਨੰਬਰ 3 50 ਸੈਂਟੀਮੀਟਰ ਐਂਡ ਨੰਬਰ 4 52 ਸੈਂਟੀਮੀਟਰ ਸੋ ਜਨਮ ਵੇਲੇ ਜਿਹੜਾ ਹੈੱਡ ਸਰਕਮਫਰੈਂਸ ਹੁੰਦਾ ਵਾ ਇਹ ਹੁੰਦਾ ਜੀ অপশন নাম্বার 1 ਤੁਹਾਡਾ ਸਹੀ ਜਵਾਬ ਆ 35 ਸੈਂਟੀਮੀਟਰ ਠੀਕ ਹੈ ਜੀ ਨੈਕਸਟ 6 ਨੰਬਰ ਕੁਐਸਚਨ ਹਾਂਜੀ ਫਲੈਗ ਸਾਈਨ ਮਿਲਦਾ ਹੈ ਫਲੈਗ ਸਾਈਨ ਕਿਹੜੇ ਇਹਨਾਂ ਦੇ ਵਿੱਚੋਂ ਕਿਹੜੀਆਂ ਬਿਮਾਰੀਆਂ ਚ ਮਿਲਦਾ ਨੰਬਰ 1 ਮਾਰਾਸਮਸ ਨੰਬਰ 2 ਕੁਆਸ਼ੀਔਰਕਰ ਨੰਬਰ 3 ਪੀਈਐਮ ਨੰਬਰ 4 ਉਪਰੋਕਤ ਸਾਰੇ ਸੋ ਇਸ ਦਾ ਸਹੀ ਜਵਾਬ ਹੋਊਗਾ ਆਪਸ਼ਨ ਨੰਬਰ 2 ਆ ਜਿਹੜਾ ਕੁਆਰਸੀਓਰਕਰ ਇਹਦੇ ਵਿੱਚ ਫਲੈਗ ਸਾਈਨ ਮਿਲਦਾ ਵਾ ਠੀਕ ਹੈ ਜੀ ਨੈਕਸਟ ਹਾਂਜੀ 7 ਨੰਬਰ ਕੁਐਸਚਨ ਦੇਖ ਲੈਣੇ ਆਪਾਂ ਸਮੇ ਤੋਂ ਪਹਿਲਾਂ ਹੋਣ ਵਾਲੇ ਬੱਚੇ ਦੇ ਚਿੰਨ ਹਨ ਮੀਨਸ ਜਿਹੜਾ ਸਮੇ ਤੋਂ ਪਹਿਲਾਂ ਬੱਚਾ ਹੋ ਜਾਂਦਾ ਉਹਦੇ ਚਿੰਨ ਇਹਨਾਂ ਵਿੱਚੋਂ ਕਿਹੜੇ ਆ ਨੰਬਰ 1 ਲੰਬਾਈ 47 ਸੈਂਟੀਮੀਟਰ ਤੋਂ ਘੱਟ ਹੁੰਦੀ ਹੈ ਨੰਬਰ 2 ਗਰਭ ਰੋਮ ਜ਼ਿਆਦਾ ਹੁੰਦਾ ਹੈ ਨੰਬਰ 3 ਵਰਨਿਕਸ ਘੱਟ ਨੰਬਰ 4 ਉਪਰੋਕਤ ਸਾਰੇ ਸੋ ਜਿਹੜਾ ਬੱਚਾ ਸਮੇਂ ਤੋਂ ਪਹਿਲਾਂ ਹੁੰਦਾ ਵਾ ਯਾਨੀ ਕਿ ਪ੍ਰੀਮੈਚੂਰ ਸਮੇਂ ਤੋਂ ਪਹਿਲਾਂ ਡਿਲੀਵਰੀ ਹੋ ਜਾਂਦੀ ਹੈ ਤਾਂ ਉਸ ਦੇ ਲਈ ਇਹ ਸਾਰੇ ਹੀ ਉਪਰੋਕਤ ਸਾਰੇ ਹੀ ਚਿੰਨ੍ਹ ਨੇ ਜਿਹੜੇ ਇਹ ਉਸੇ ਬੱਚੇ ਦੇ ਹੁੰਦੇ ਹਨ ਠੀਕ ਹੈ ਜੀ ਲੰਬਾਈ 47 ਸੈਂਟੀਮੀਟਰ ਤੋਂ ਘੱਟ ਹੁੰਦੀ ਹੈ ਗਰਭ ਰੋਮ ਜ਼ਿਆਦਾ ਤੇ ਵਰਨਿਕਸ ਘੱਟ ਹੁੰਦੀ ਹੈ 8 ਨੰਬਰ ਕੁਐਸਚਨ ਹਾਂਜੀ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਆ ਦੁੱਧ ਦੇ ਦੰਦਾਂ ਦੀ ਸੰਖਿਆ ਕਿੰਨੀ ਹੁੰਦੀ ਹੈ ਹਾਂਜੀ ਦੁੱਧ ਦੇ ਦੰਦ ਜਿਹੜੇ ਛੋਟੇ ਬੱਚੇ ਦੇ ਪਹਿਲੇ ਦੰਦ ਹੁੰਦੇ ਆ ਉਹਨਾਂ ਦੀ ਸੰਖਿਆ ਕਿੰਨੀ ਹੁੰਦੀ ਆ ਆਪਸ਼ਨਾਂ ਤੁਹਾਡੇ ਕੋਲੇ ਨੰਬਰ 1 ਤੇ 16 ਨੰਬਰ 2 ਤੇ 20 ਨੰਬਰ 3 ਤੇ 24 ਤੇ ਨੰਬਰ 4 ਤੇ 28 ਸੋ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਜਵਾਬ ਹੋਊਗਾ ਉਹ ਹੋਊਗਾ ਜੀ ਆਪਸ਼ਨ ਨੰਬਰ 2 ਜਿਹੜੇ ਦੁੱਧ ਦੇ ਦੰਦ ਹੁੰਦੇ ਆ ਉਹ 20 ਹੁੰਦੇ ਆ ਉਦੋਂ ਨਾਰਮਲ ਇਨਸਾਨ ਦੇ ਜਿਹੜੇ ਦੰਦ ਹੁੰਦੇ ਆ ਉਹ 32 ਦੰਦ ਹੁੰਦੇ ਨੇ ਠੀਕ ਹੈ ਜੀ 32 ਦੇ ਵਿੱਚੋਂ ਜਿਹੜੇ 20 ਦੰਦ ਹੁੰਦੇ ਆ ਇਹ ਨਿਕਲ ਕੇ ਦੁਬਾਰਾ ਆਉਂਦੇ ਆ ਠੀਕ ਹੈ ਜੀ ਟੋਟਲ 32 ਦੰਦ ਹੁੰਦੇ ਆ ਤੇ 32 ਦੇ ਵਿੱਚੋਂ ਜਿਹੜੇ 20 ਹੁੰਦੇ ਆ ਉਹ ਨਿਕਲ ਕੇ ਦੁਬਾਰਾ ਆਉਂਦੇ ਆ ਨੈਕਸਟ 9 ਨੰਬਰ ਕੁਐਸਚਨ ਹਾਂਜੀ ਨਵੇਂ ਜੰਮੇ ਬੱਚੇ ਵਿੱਚ ਆਰਡੀਅਸ ਦਾ ਕਾਰਨ ਹੁੰਦਾ ਹੈ ਆਪਸ਼ਨ ਤੁਹਾਡੇ ਕੋਲ ਨੇ ਨੰਬਰ 1 ਠੰਡ ਲੱਗਣਾ ਨੰਬਰ 2 ਸਮੇ ਤੋਂ ਪਹਿਲਾਂ ਜਨਮ ਨੰਬਰ 3 ਰਾਇਪੋਰਾ ਲਾਈਸੀਮੀਆ ਨੰਬਰ 4 ਸੰਕਰਮਣ ਸੋ ਨਵੇਂ ਜੰਮੇ ਬੱਚੇ ਵਿੱਚ ਆਰ ਡੀ ਐਸ ਦਾ ਕਾਰਨ ਕੀ ਹੁੰਦਾ ਤਾਂ ਉਹ ਹੁੰਦਾ ਜੀ অপਸ਼ਨ ਨੰਬਰ 2 ਆ ਜਿਹੜਾ ਸਹੀ ਜਵਾਬ ਆ ਤੁਹਾਡਾ ਸਮੇ ਤੋਂ ਪਹਿਲਾਂ ਜਨਮ ਹਾਂਜੀ ਨੈਕਸਟ ਆਪਾਂ ਦੇਖ ਲੈਨੇ ਆ 10 ਨੰਬਰ ਕੁਐਸਚਨ ਇੱਕ ਰੋਗੀ ਦਾ ਵਾਈਟਲ ਸਾਈਨ ਹੈ ਜਿਹੜਾ ਇੱਕ ਰੋਗੀ ਹੁੰਦਾ ਵਾ ਤਾਂ ਉਹਦਾ ਵਾਈਟਲ ਸਾਈਨ ਕੀ ਹੁੰਦਾ ਵਾ ਜੀ ਆਪਸ਼ਨ ਤੁਹਾਡੇ ਕੋਲ ਆ ਨੰਬਰ 1 ਨਬਜ਼ ਨੰਬਰ 2 ਬਲੱਡ ਪ੍ਰੈਸ਼ਰ ਨੰਬਰ 3 ਤਾਪਮਾਨ ਨੰਬਰ 4 ਉਪਰੋਕਤ ਸਾਰੇ ਸੋ ਜਿਹੜੇ ਇਹ ਤਿੰਨੋਂ ਨੇਗੇ ਇਹ ਇਸ ਤਿੰਨੋਂ ਹੀ ਇੱਕ ਰੋਗੀ ਦੇ ਵਾਈਟਲ ਸਾਈਨ ਹੁੰਦੇ ਆ ਇਸ ਕਰਕੇ ਆਪਸ਼ਨ ਨੰਬਰ 4 ਉਪਰੋਕਤ ਸਾਰੇ ਤੁਹਾਡਾ ਸਹੀ ਜਵਾਬ ਹੋ ਜਾਊਗਾ ਠੀਕ ਹੈ ਜੀ ਸੋ ਇਸ ਦੇ ਨਾਲ ਹੀ ਆਪਣੀ ਅੱਜ ਦੀ ਜਿਹੜੀ ਵੀਡੀਓ ਸੀਗੀ ਇਹ ਸਮਾਪਤ ਹੁੰਦੀ ਆ 10 ਕੁਐਸਚਨ ਆਪਾਂ ਐਡ ਕਰੇ ਸੀ ਅੱਗੇ ਆਪਾਂ ਹੋਰ ਜ਼ਿਆਦਾ ਕੁਐਸਚਨ ਐਡ ਕਰਨ ਦੀ ਕੋਸ਼ਿਸ਼ ਕਰਾਂਗੇ ਥੋੜੀ ਜਿਹੀ ਪ੍ਰੋਬਲਮ ਕਰਕੇ ਘੱਟ ਕੁਐਸਚਨ ਐਡ ਹੋਏ ਆ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਨਵੇਂ ਤੇ ਤਾਜ਼ਾ ਐਮਸੀਕਿਊਜ਼ ਲੈ ਕੇ ਸੋ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਸ਼ਾਮ ਨੂੰ 4 ਵਜੇ ਧੰਨਵਾਦ ਜੀ